ਕਈ ਵਾਰੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਕਿਹਾ ਪਰ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਨਹੀਂ ਸੁਣਦਾ। ਇਸ ਤੇ ਮੁਹੱਲੇ ਦੇ ਕੌਂਸਲਰ ਨੇ ਕਿਹਾ ਕਿ ਮੈਂ ਵੀ ਕਈ ਵਾਰੀ ਈਓ ਨੂੰ ਮਿਲ ਕੇ ਕਿਹਾ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਤੇ ਜਦੋਂ ਇਹ ਮਾਮਲਾ ਮੀਡੀਆ ਵਿਗ਼ ਆਇਆ ਤਾਂ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀ ਈਓ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਉਹ ਅੱਜ ਛੁੱਟੀ ਤੇ ਹਨ। ਜਦੋਂ ਨਿਗਮ ਦੇ ਡਿਪਟੀ ਮੇਅਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਮੈਂ ਬਾਹਰ ਹਾਂ, ਜੇ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਹੀ ਇਸ ਤਰ੍ਹਾਂ ਨਾਲ ਪੇਸ਼ ਆਉਣਗੇ ਤਾਂ ਫਿਰ ਲੋਕੀ ਕਿਸ ਕੋਲ ਆਪਣੀ ਫਰਿਆਦ ਲੈ ਕੇ ਜਾਣ। ਰਾਜਿੰਦਰ ਕੁਮਾਰ ਜੀ ਦੀ ਰਿਪੋਰਟ, ਕੇਟੀਵੀ ਪੰਜਾਬ। ਮਹੱਲੇ ਵਾਲੇ ਬਹੁਤ ਤੰਗ ਆ, ਇੱਕ ਸੀਵਰੇਜ ਬਲੋਕ ਆ, ਸੜਕ ਤੋੜ ਦਿੱਤੀ ਗਈ ਆ, ਨਾ ਕੋਈ ਸੁਣਵਾਈ ਹੁੰਦੀ ਪਈ ਆ, ਨਾ ਕੋਈ ਇਹਨੂੰ ਬਣਾਉਣ ਹੁੰਦਾ। ਜੇ ਕਮੇਟੀ ਜਾ ਕੇ ਗੱਲ ਕੀਤੀ, ਉਹ ਕਹਿੰਦਾ ਜੀ ਸਾਡੇ ਕੋਲ ਫੰਡ ਨਹੀਂ ਹੈਗਾ, ਇਹਦਾ ਜੇ ਕੰਮ ਨਹੀਂ ਹੋਣਾ। ਇਹ ਕਦੋਂ ਤੋੜੀ, ਕਦੋਂ ਗਈ ਪਿਛਲੀ ਸਰਕਾਰਾਂ ਵੱਲੇ ਤੋੜੀ ਗਈ ਕਿ ਜਦੋਂ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਵੱਲੇ ਤੋੜੀ ਗਈ ਜੀ, ਹੁਣ ਤੋੜੀ ਗਈ ਜੀ ਮਹੀਨੇ ਡੇਢ ਮਹੀਨੇ ਤੋਂ। ਤੇ ਕੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੈ ਤੁਹਾਡੀ? ਕਮੇਟੀ ਤੇ ਸਾਡੇ ਹੁਣ ਸਾਰੇ ਮਹੱਲੇ ਵਾਲੇ ਇਕੱਠੇ ਹੋ ਗਏ ਸੀ, ਕਮੇਟੀ 'ਚ ਵੀ ਜਾ ਕੇ ਗਏ ਜੀ, ਉਹਨਾਂ ਨੂੰ ਮੌਕਾ ਵੀ ਦਿਖਾਇਆ ਗਿਆ ਪਰ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਪਈ। ਕੀ ਕਹਿੰਦੇ ਕੀ ਉਹ? ਉਹ ਕਹਿੰਦੇ ਆ ਜੀ ਬਸ ਬੰਦੇ ਭੇਜਦੇ ਆ ਜੀ, ਕਰਦੇ ਆ, ਸਾਡੇ MC ਸਾਹਿਬ ਵੀ ਰੋਜ਼ ਗੇੜੇ ਮਾਰਦੇ ਆ ਪਰ ਸੁਣਵਾਈ ਨਾ ਇਹਨਾਂ ਦੀ ਹੁੰਦੀ ਪਈ ਨਾ ਸਾਡੇ ਮਹੱਲੇ ਵਾਲਿਆਂ ਦੀ ਹੁੰਦੀ ਪਈ। ਸੁਣਵਾਈ ਕਿਉਂ ਨਹੀਂ ਹੋ ਰਹੀ MC ਸਾਹਿਬ, ਅਕਾਲੀ ਦਲ ਤੋਂ ਤਾਂ ਕਰਕੇ? ਭਾਜੀ ਹੁਣ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਜੀ, ਅਕਾਲੀ ਦਲ ਤੋਂ ਆ ਤਾਂ ਇਸ ਕਰਕੇ ਨਹੀਂ ਹੋ ਰਹੀ, ਉਹ ਵਿਚਾਰੇ ਜਾਂਦੇ ਜ਼ਰੂਰ ਆ, ਰੋਜ਼ ਗੇੜੇ ਮਾਰਦੇ ਆ ਪਰ ਕੰਮ ਨਹੀਂ ਹੁੰਦਾ ਪਿਆ। ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਆ ਭਾਜੀ, ਮੈਂ ਇੱਥੋਂ ਰਾਣਾ ਗੁਰਜੀਤ ਸਿੰਘ ਜੀ ਜਿੱਤੇ ਹੋਏ ਆ, ਠੀਕ ਹੈ, ਕਾਰਪੋਰੇਸ਼ਨ ਦੇ ਵਿੱਚ ਕਾਂਗਰਸੀ ਸਾਰੇ ਹੈਗੇ ਆ, ਠੀਕ ਹੈ, ਚਾਹੇ ਉਹ ਮੇਅਰ ਲੈ ਲਈਏ ਚਾਹੇ ਡਿਪਟੀ ਮੇਅਰ ਲੈ ਲਈਏ, ਠੀਕ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ? ਭਾਜੀ ਮੈਂ ਦੇਖੋ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ ਜੀ, ਲਾਗਤ ਬਾਜੀ, ਪਰ ਸਹੀ ਮਹੱਲੇ ਵਾਲੇ ਬਹੁਤ ਤੰਗ ਆ, ਸਾਡੀ ਸੁਣਵਾਈ ਨਹੀਂ ਹੁੰਦੀ। ਕੀ ਨਾਂ ਜੀ ਆਪਣਾ? ਨਰਿੰਦਰ ਕੁਮਾਰ ਸ਼ਰਮਾ ਜੀ। ਠੀਕ ਹੈ, ਕੀ ਗੱਲ ਹੋਈ ਅੱਜ ਤੁਸੀਂ ਮਹੱਲੇ ਦੇ ਵਿੱਚ ਸਾਰੇ ਜਿਹੜੇ ਆ ਮਹੱਲੇ ਸਾਰੇ ਇਕੱਠੇ ਹੋਏ ਆ? ਮਹੱਲੇ 'ਚ ਜੀ ਸਿਰ ਤੋੜ ਕੇ ਚੱਲ ਗਏ, ਕਮੇਟੀ ਵਾਲੇ ਬਣਾ ਨਹੀਂ ਦੇ, ਬਹੁਤ ਵਾਰੀ ਕਹਿ ਚੁੱਕੇ, ਉਧਰੋਂ ਸੀਵਰੇਜ ਵੀ ਬੰਦ ਆ, ਅਤੇ ਇਹਨਾਂ ਨੂੰ ਤੋੜਨ ਤੋਂ ਪਹਿਲਾਂ ਕਿਹਾ ਸੀਗਾ ਕਿ ਨਾ ਬਣਾਈਓ, ਸਾਡੇ ਬੱਚੇ ਸਕੂਲ ਜਾਂਦੇ, ਬਹੁਤ ਤੰਗ ਆਊਗਾ, ਕਿੰਨਾ ਪਾਣੀ ਖੜਾ, ਮੱਛਰ ਦਾ ਘਰ ਬਣਿਆ ਪਿਆ, ਬਿਮਾਰੀਆਂ ਦਾ ਘਰ ਬਣਿਆ ਪਿਆ, ਇਸ ਕਰਕੇ ਹੁਣ ਜਾਂਦੇ ਹਾਂ, ਕਰਦੇ ਹਾਂ, ਬਣਾਉਂਦੇ ਨਹੀਂ ਗੇ, ਡੇਢ ਮਹੀਨੇ ਤੋਂ ਉੱਪਰ ਹੋ ਗਿਆ ਜੀ, ਜਦੋਂ ਜਾਈਦਾ ਸਾਨੂੰ ਲਾਰਾ ਲਾ ਕੇ ਤੋੜ ਦਿੰਦੇ, ਜਦੋਂ ਜਾਈਦਾ ਲਾਰਾ ਲਾ ਕੇ ਸਾਨੂੰ ਤੋੜ ਦਿੰਦੇ। ਇੱਥੇ ਦੇ ਮਹੱਲੇ ਦੇ MC ਨਾਲ ਗੱਲ ਹੋਈ? MC ਸਾਹਿਬ ਕਹਿੰਦੇ ਮੈਂ ਰੋਜ਼ ਕਹਿੰਦਾ ਜੀ ਉਹਨੂੰ, ਜਿਹਨੂੰ ਅਫਸਰਾਂ ਨੂੰ ਕਹੀਦਾ, ਉਹ ਬਣਾਉਂਦੇ ਆ ਜੀ, ਆਉਂਦੇ ਆ, ਕਰਦੇ ਆ, ਉਹ ਫਿਰ ਵੀ ਆ ਕੇ ਦੇਖ ਕੇ ਮੌਕਾ ਚਲੇ ਜਾਂਦੇ ਆ, ਅਤੇ ਮੁੜ ਕੇ ਕੋਈ ਕਾਰਵਾਈ ਨਹੀਂ ਹੁੰਦੀ, ਕੋਈ ਗੱਲਬਾਤ ਨਹੀਂ ਹੁੰਦੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ, ਇਹ ਮੰਗ ਕਰਦੇ ਕਿ ਅੱਜ ਜਲਦੀ ਤੋਂ ਜਲਦੀ ਬਣਾਈ ਜਾਵੇ, ਬਿਮਾਰੀਆਂ ਦਾ ਘਰ ਆ, ਕਿੰਨਾ ਮੱਛਰ ਆ, ਉਹਦਾ ਕਮੇਟੀ ਵਾਲੇ ਆਉਂਦੇ ਜੀ ਕਿ ਕੂਲਰ ਦਾ ਚਲਾਨ ਕਰ ਜਾਂਦੇ, ਮੱਛਰ ਦਾ ਚਲਾਨ ਕਰ ਜਾਂਦੇ, ਇਹਦਾ ਚਲਾਨ ਕਿਹਦਾ ਕਰੀਏ ਦੱਸੋ, ਅਸੀਂ ਮੁਹੱਲੇ ਵਾਲੇ ਕਰਦੇ ਨੇ, ਜਿਹਦਾ ਕਰਵਾ ਲਓ ਸਾਡੇ ਕੋਲ। ਕਿੰਨੀ ਦੇਰ ਹੋ ਗਈ ਹੈ ਜਿਹੜੀ ਸੜਕ ਜਿਹੜੀ ਤੋੜੀ? ਇਹ ਡੇਢ ਮਹੀਨੇ ਤੋਂ ਉੱਪਰ ਹੋ ਚੱਲਾ ਜੀ। ਅਤੇ ਕਿਸੇ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ? ਕਾਰਪੋਰੇਸ਼ਨ ਆਉਂਦੇ ਆ ਜੀ, ਅਫਸਰ ਇੱਥੇ ਆਉਂਦੇ, ਈਓ ਨੂੰ ਵੀ ਕਿਹਾ ਜੀ, ਕਿੰਨੀ ਵਾਰੀ ਕਿਹਾ ਵਾ, ਉਹ ਕਹਿੰਦੇ ਬਸ ਹੀ ਬਣ ਜਾਂਦੇ ਪੈਸੇ ਆਏ ਹੋਏ ਆ ਜੀ, ਆਪਾਂ ਬਣ ਜਾਂਦਾ ਜਿੰਨੀ ਜ਼ਿਆਦਾ, ਤੋੜਨ ਤੋਂ ਪਹਿਲਾਂ ਕਿਹਾ ਸੀਗਾ ਕਿ ਤਦ ਤੋੜੀਓ ਜੇ ਬਣਾਉਣੀ ਆ, ਤਾਂ ਉਹ ਕਹਿੰਦੇ ਜੀ ਦੋ ਚਾਰ ਦਿਨ ਦੇ ਹਫ਼ਤੇ ਦੇ ਵਿੱਚ ਵੀ ਤੁਹਾਡੀ ਇਹ ਬਣ ਜੂਗੀ, ਡੇਢ ਮਹੀਨੇ ਦੇ ਉੱਤੇ ਹੋ ਗਿਆ ਜੀ। ਕੀ ਨਾਂ ਜੀ ਆਪਣਾ? ਅਸ਼ੋਕ ਕੁਮਾਰ ਭਗਤ, ਮੌਜੂਦਾ MC ਵਾਰਡ ਨੰਬਰ 28। ਵਾਰਡ ਨੰਬਰ 28 ਦੇ ਤੁਸੀਂ MC ਹੋ, ਅੱਜ ਮਹੱਲਾ ਤੁਹਾਡਾ ਸਾਰਾ ਇਕੱਠਾ ਹੋਇਆ ਹੋਇਆ ਵਾ, ਕੀ ਕਹਿਣਾ ਚਾਹੋਗੇ ਕਿ ਸੀਵਰੇਜ ਦੀ ਪ੍ਰੋਬਲਮ, ਸੜਕ ਨਹੀਂ ਬਣ ਰਹੀ, ਜਗ੍ਹਾ ਜਗ੍ਹਾ ਮੱਛਰ ਜਿਹੜਾ ਫੈਲਿਆ ਹੋਇਆ ਵਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਨੂੰ ਘੱਟੋ ਘੱਟ 15 ਦਿਨ ਹੋ ਗਏ ਇਹਦੇ ਨਾਲ ਆ ਕੇ, ਡੇਲੀ ਇਹਦੇ ਨਾਲ ਆ ਕੇ ਮੈਨੂੰ ਕਮੇਟੀ ਦੇ ਚੱਕਰ ਮਾਰਦੇ, ਈਓ ਸਾਹਿਬ ਨੂੰ ਵੀ ਕਿਹਾ, ਸੁਪਰਡੈਂਟ ਸਾਹਿਬ ਨੂੰ ਵੀ ਕਿਹਾ, ਸਾਰਿਆਂ ਨੂੰ ਕਿਹਾ ਇਹਦੇ ਨਾਲ ਆ ਕੇ, ਮੈਨੂੰ ਕਹਿ ਰਹੇ ਸੀ ਵੀ 1-2 ਦਿਨਾਂ ਤੱਕ ਹੋਦੀ ਬਣ ਜੂ, ਇੱਕ ਰੇਤ ਵਾਲੇ ਚੌਂਕ ਤੋਂ ਅੱਗੇ ਪ੍ਰੋਬਲਮ ਹੈਗੀ ਇਹਦੇ ਨਾਲ, ਜਿਹੜੀ ਬੱਕਰਖਾਨੇ ਨੂੰ ਸੜਕ ਜਾ ਰਹੀ ਹੈ ਉੱਥੇ ਪ੍ਰੋਬਲਮ ਹੈ, ਰੋਜ਼ ਕਹਿ ਦਿੰਦੇ ਵੀ ਅੱਜ ਬਣ ਜੂ, ਕੱਲ੍ਹ ਬਣ ਜੂ, ਲੇਕਿਨ ਅੱਜ ਇਹਦੇ ਨਾਲ ਆ ਕੇ ਸੁਪਰਡੈਂਟ ਸਾਹਿਬ, SO ਸਾਹਿਬ, ਭਾੜੀਆ ਸਾਹਿਬ ਸਾਰੇ ਇਹਦੇ ਨਾਲ ਆ ਕੇ ਮੌਕਾ ਦੇਖ ਕੇ ਗਏ ਆ। ਈਓ ਸਾਹਿਬ ਨੂੰ ਜਦੋਂ ਫੋਨ ਕਰੀਦਾ ਉਸੇ ਵੇਲੇ ਫੋਨ ਚੱਕ ਕੇ ਇਹਦੇ ਨਾਲ ਕੇ ਅਗਲੇ ਕਹਿੰਦੇ ਅੱਗੇ, ਪਰ ਮਹੱਲੇ ਵਾਲਾ ਤਾਂ ਕਹਿਣਾ ਕਿ ਇੱਥੇ ਕੋਈ ਵੀ ਆਉਂਦਾ ਵਾ ਮਿੱਠੀਆਂ ਗੋਲੀਆਂ ਦੇ ਕੇ ਚਲ ਜਾਂਦੇ ਆ। ਪਰ ਗੱਲ ਤਾਂ ਇਹੋ ਹੀ ਨਾ, 3 ਦਿਨ ਤਾਂ ਮੈਨੂੰ ਹੋ ਗਏ ਕਹਿੰਦੇ ਆ ਵੀ ਇਹਦੇ ਨਾਲ ਕੇ ਅੱਜ ਬਣ ਜਾਂਦੀ, ਕੱਲ੍ਹ ਬਣ ਜਾਂਦੀ, ਅੱਜ ਸੁਪਰਡੈਂਟ ਸਾਹਿਬ ਅਤੇ SO ਸਾਹਿਬ ਅਤੇ ਤੁਸੀਂ ਆਮ ਆਦਮੀ ਪਾਰਟੀ ਤੋਂ ਆਏ ਇੱਥੇ? ਨਹੀਂ ਜੀ, ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਜੀ। ਇਹ ਕੋਈ ਤੁਹਾਡਾ ਵਿਤਕਰਾ ਚੱਲ ਰਿਹਾ ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ MC ਆ? ਨਹੀਂ ਜੀ, ਉਧਰੋਂ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ? ਨਹੀਂ ਜੀ, ਕੋਈ ਵਿਤਕਰਾ ਨਹੀਂ ਚੱਲ ਰਿਹਾ ਜੀ ਇਹਦੇ ਨਾਲ ਕੇ, ਜਿਹੜਾ ਵੀ ਕੰਮ ਕਹੀਦਾ ਉਹ ਹੁੰਦਾ ਉਹਦੇ ਨਾਲ ਕੇ, ਲੇਕਿਨ ਇੱਥੇ ਆ ਕੇ ਪ੍ਰੋਬਲਮ ਆ ਗਈ, ਹੁਣ SO ਸਾਹਿਬ ਦੇਖ ਕੇ ਗਏ ਆ, ਸੁਪਰਡੈਂਟ ਸਾਹਿਬ ਆਪ ਖੁਦ ਆ ਕੇ ਇਹਦੇ ਨਾਲ ਕੇ ਨਾਲ ਮੁਲਾਜ਼ਮ ਆ ਕੇ ਦੇਖ ਕੇ ਗਏ ਆ, ਮੈਨੂੰ ਭਰੋਸਾ ਦੇ ਗਏ ਆ ਵੀ ਕੱਲ੍ਹ ਨੂੰ ਤੁਹਾਡੇ ਇਹਦੇ ਨਾਲ ਕੇ ਹੋਦੀ ਪਟਣੀ ਸ਼ੁਰੂ ਹੋ ਜੂਗੀ ਅਤੇ ਕੱਲ੍ਹ ਨੂੰ ਕੰਮ ਸ਼ੁਰੂ ਹੋ ਜੂਗਾ। ਅਗਰ ਜੇ ਕੱਲ੍ਹ ਨਾ ਕੰਮ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਚਾਹੇ ਸਾਨੂੰ ਧਰਨਾ ਲਾਉਣਾ ਪਵੇ।
चाहे डीसी साहब के चाहे यदा के कमेटी घर के बहर तो असी सारे महल लैके धरना लावे जी। हाँ बिल्कुल बैठूंगा जी। मतलब सुनवाई नहीं हो रही है जी? सुनवाई नहीं हो रही नहीं जी। मैं भाषण दे गए जो कल ना दना के होया तो फिर यह कार्रवाई शुरू होगी। अज अफसर गल की है क्योंकि सड़क पट्टी महीना हो गया वा, उस तू पहले कोई गलबात नहीं की अफसर? अफसर ने गल की जो होती है दना के उतो चालू होगी फिर अगर काम शुरू होना ना जदों उतों ब्लॉक जे अगे वो वार्ड भी अदना के भंडारी साहब का पैंता 43 नंबर वार्ड उतों अदना के होदी पुट्टी जाएगी काम शुरू होगा ता ही ये काम अगे चलना ना। हुण तां महल्लेदार ने यह भी कहता वाया कि जे नहीं सुनवाई होंगी अभी तो भुख हड़ताल भी करा तो करांगे फिर अदना करनी पैनी है अदना के फिर करांगे जी अदना के जे अदना के ना कल अदना काम शुरू होया तो फिर जो करना पिया करांगे जी। देखो भाजी साढ़े एम सी भाजी कितनी बड़ी गए आ अज 7 दिन 8 दिन हो गए लगातार जाते पे आ साढ़े एम सी की नहीं कोई सुनवाई हैगी। असी इन्ने दुखी साढ़े बूहे अगे वेखो कि गंद पिया है। असी कहने भी इतने साफ सफाई हो सड़क बने जो तोड़ी है तो बनाने का भी उन्होंने पूरा हक है कोई सुनवाई नहीं करते पे। असी रोज़ फोन करते ईओ नूं करते हैं जोड़े व्डे उत्थे बिट्टू जी है उन्होंने भी करते हैं कोई नहीं करता इतने जी गली महला गली महल वालिया ने पैसे भी कट्ठे करके दिते है ता भी नहीं सुनवाई होंगे पे। असी कई बार असी सीट वाले की कह कई होदिया कढ़वाइया पैसे दे दे के भी कढ़वाई कोई उदो कढ़ देंगे फिर कदम पुछा होदिया वालू होदी वाले दिते से कई बार असी दिते हैं कई बड़ी दिते पैसे महल वालिया ने कट्ठे करके 100-100 रुपया ना ना इतने कोई सरकार का काम नहीं है कोई नहीं आता सगो असी चाह पानी भी पिलाने उन्होंने इज्जत मान भी करते हैं पर चलो असी कहने उन्हों का भी नहीं ये मेन जो वे है अफसर ये उन्होंने ड्यूटी आन के 2-3 बारी मौका भी दे गए हैं पर कोई काम नहीं करते देने असी सारे महल वाले रल के देने एम सी तो साढ़े होन कट्ठे होन आया ये जद जिस दिन एम सी आए हैं असी कोई पैसा नहीं दिता ना इन्होंने देन दिते सानू साढ़े शोका एम सी प्रधान जी है इन्होंने ना साढ़े को पैसे लिते है तो ना ही इन्होंने कोई लालच दिता पहले असी पैसे देंदे सी सड़ेआम देंदे सी पैसे सारा महला गवाह है इस मामले च आप झूठ नहीं बोलना जी गल सच सच कर अपना पक्ष बदल लिया कह रहे कि सीवरेज करके साफ कर पैसे देने से पक्ष नहीं बदलते पे पक्ष नहीं बदलता क्योंकि एम सी साहब लागे खड़े है कहता कि नहीं एम सी देखो जी असं किसी को डरते नहीं है ठीक है ना मैं डरती है जिस दिन दे एम सी आए है उस दिन असं पैसे नहीं देंगे पे असी पहला होदियाँ कटाते सारे महल को 100-100 रुपया लैके करवाते जो सतपाल भाजी मैड़े से हाँ आप झूठ आ तो मेरा मकान अपनी मेरे दुकान है और सामने की कहना चाहोगे तुसी मैं पट्टी हुई है सीवरेज की जी दिक्कत आ रही है मैं क्या दिक्कत पुत वे सारे लोग वेखे थे इन्ने आवाजार की कोई निकलने साढ़ा कोई जीने रोटी खानी साड़ी आवाजार सारा बीमार पे टब्बर मेरा डॉक्टर ले आके मेरा महीना किराया जाए बेशक दे सारा महला मेरा बीमार पिया आ इस बीमारी के नाल तो इतने कोई नहीं उठे उदन से तो आप मुँह बन के तुरे फिरते अज कितने गए मुँह तुझे वो करोना तेरी अच्छ खत्म हो गई जेब चुपाई जी उस वेल कड़ के मैं फड़ा दें मैं बुढ़ी हाँ तो मैं हूँ मैं सच्चाई दस दी है तू करके आप वेख हम बुढ़िया कुड़िया नूह तीन कितने निकल आडे गटर या काका वेख बरसात अजे पई नहीं बिना बरसात सवेर से आई अपने एम सी साहब दस मैं आता एम सी साहब मेरे सारे कोल तो मेरे पुत बैठे वह बेचारे रोज़ की करे रोज़ जाते रोज़ कुड़िया जाते लैके नूह तिया पुत्र सारे जाते उ किसी ने सुनाई मेरी नहीं हुई निके निके बच्चे मेरे उत्थे उन्होंने बना लिया है मैंबर उन्होंने मेरा की करना उन्होंने पैसे जेब च पाए जी पट पट के हो गए तो हो गए उदन भी असं आख्या पास हुई आ तो तुसी जे पट्टनी है तो बनायो मैं जे दूजे दिन ही मगर गई हाँ इन्होंने वो स्कूल टिकन जा पट्टियाँ उधर पक्या पट छड़िया भला ये तो बना लो क्यों नहीं बनाई साडे छड़ के क्यों साडे मैंबर नहीं सी कोई ठीक है कि सब तो चाहिए साढ़े तो घर दे जिया ने सारा इन्होंने तो ला देना सारा समान सरकार नूं की कहना चाहते हो या इत्थे दी कारपोरेशन नूं की कहना चाहते हो इन ठीक करो रातों रात साड़ी तो उस वेले दी वेख लो रातों रात खड़ी की सी अज भी हुण रातों रात बननी चाहिए नहीं तो असी भुख हड़ताल रख देनी तुहाडे ब्याह दी धरना मार देना उत्थे जाके खिचाओ अपने कोल डीसी दा कहिंदा डीसी चल जांगे जे उत्थे कहोगे तो उत्थे चल जांगे कमेटी घर चल जांगे क्यों साडा जीना हराम होया पिया बच्चियां दा बीमार सारे पै रोटी खाण तों बजे हाँ महीना हो चलिया महीने तो उत्ते ही हो गया पुत ये थोड़ी गल है वेख तू जाके वेख साडे ब्याह दे
ਬੋ ਵੇਖ ਤੂੰ ਜਾ ਕੇ ਇੱਥੇ ਤੂੰ ਖਲੋਤਾ ਇੱਥੇ ਸੁੱਕਾ ਆ ਉੱਥੇ ਜਾ ਕੇ ਖਲੋ ਵੇਖਣ ਮੈਂ ਗਲਤ ਗੱਲ ਨਹੀਂ ਕਹਿਣੀ ਕਿਸੇ ਨੂੰ ਮੈਂ ਠੀਕ ਹੀ ਕਹਿਣੀ ਮੈਂ ਉਦੋਂ ਵੀ ਰਘਵੀਰ ਸਾਹਿਬ ਦੇ ਟਾਈਮ 'ਤੇ ਵੀ ਇਹੀ ਕਿਹਾ ਸੀ ਉਹਦਾ ਮੈਂ ਆਇਆ ਸੀ ਆਪਣਾ ਡੀਓ ਉਦੋਂ ਅਸੀਂ ਫੜ ਕੇ ਘੜੀਸ ਕੇ ਰਾਤੋਂ ਰਾਤ ਹੀ ਅਸੀਂ ਸੜਕ ਬਣਵਾਈ ਸੀ ਤੈਨੂੰ ਮੈਂ ਦੱਸਾਂ ਹੁਣ ਵੀ ਸਾਡਾ ਇਹੀ ਹੈਗਾ ਆ ਵੀ ਸਾਡੀ ਇਹ ਬਣਨੀ ਚਾਹੀਦੀ ਭਾਵੇਂ ਸਾਨੂੰ ਮਰਨਾ ਪਵੇ ਉੱਥੇ ਜਾ ਕੇ।